ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਬਹੁਤ ਸਾਰਾ ਪਿਆਰ, ਬਹੁਤ ਸਾਰੀਆਂ ਦੁਆਵਾਂ ਕਬੂਲ ਕਰੋ। ਅੱਜ ਬੈਠੇ ਹਾਂ ਇਕੱਠੇ, ਅਫਕੋਰਸ ਬੜੀਆਂ ਗੱਲਾਂ ਅਸੀਂ ਕਰਦੇ ਹਾਂ ਇੱਕ ਦੂਜੇ ਨੂੰ ਅਪਲਿਫਟ ਕਰਨ ਦੀ। ਇੱਕ ਤਰ੍ਹਾਂ ਨਾਲ ਕੁਛ ਸ਼ੋਜ਼ ਨੂੰ ਅਸੀਂ ਇੱਕ ਸਾਈਡ 'ਤੇ ਪਾਇਆ ਹੋਇਆ ਹੈ, ਉਹਨੂੰ ਅਸੀਂ ਅਪਲਿਫਟਿੰਗ ਸੀਰੀਜ਼ ਦੇ ਵਿੱਚ ਯੂ ਨੋ ਮੰਨਦੇ ਹਾਂ। ਅੱਜ ਦੀ ਖਾਸ ਇੱਕ ਐਕਸਰਸਾਈਜ਼ ਵਾਕਣ ਅਸੀਂ ਕਰ ਰਹੇ ਹਾਂ ਜਿਹਦੇ ਨਾਲ ਤੁਸੀਂ ਰਹਿੰਦੇ ਹੋ, ਮਤਲਬ ਕਰੰਟਲੀ ਰਹਿ ਰਹੇ ਹੋ, ਸਪਾਊਸ ਹੋ ਸਕਦਾ ਹੈ, ਮਦਰ ਫਾਦਰ ਹੋ ਸਕਦੇ ਹੈ, ਬੱਚੇ, ਭੈਣ ਭਰਾ, ਹੋਰ ਵੀ ਕੋਈ, ਗ੍ਰੈਂਡ ਪੇਰੈਂਟ, ਇਨ ਲੋਜ, ਕੋਈ ਵੀ ਜਿਨ੍ਹਾਂ ਨਾਲ ਕਰੰਟਲੀ ਤੁਸੀਂ ਰਹਿੰਦੇ ਹੋ, ਯੂ ਨੋ ਟਾਈਮ ਕਾਫੀ ਸਪੈਂਡ ਕਰਨਾ ਹੁੰਦਾ ਹੈ। ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਟਾਈਮ ਸ਼ਾਇਦ ਨਾ ਵੀ ਕੈਲਕੂਲੇਟ ਕਰੀਏ, ਕਿਉਂਕਿ ਈਵਨ ਕਈ ਇੰਟੀਮੇਟ ਪਾਰਟਨਰਸ ਵੀ ਇਸ ਤਰ੍ਹਾਂ ਦੀ ਲਾਈਫ ਬਿਤਾ ਰਹੇ ਨੇ ਕਿ ਟਾਈਮ ਅਗਰ ਮੈਜ਼ਰ ਕਰੀਏ ਟਾਈਮ 'ਤੇ ਨਹੀਂ ਜ਼ਿਆਦਾ ਇਕੱਠੇ, ਕਿਉਂਕਿ ਇੱਕ ਆ ਰਿਹਾ ਡਿਊਟੀ, ਦੂਸਰਾ ਜਾ ਰਿਹਾ ਬੱਚਿਆਂ ਦੀ ਖਾਤਰ ਜਾਂ ਵੈਸੇ ਕੋਈ ਪ੍ਰੋਫੈਸ਼ਨਲ ਡਿਮਾਂਡਸ ਦੀ ਖਾਤਰ। ਪਰ ਅੱਜ ਦਾ ਖਾਸ ਸਾਡਾ ਯੂ ਨੋ ਇਹ ਜਿਹੜੀ ਐਕਸਰਸਾਈਜ਼ ਹੈ ਉਹ ਪਰਟੀਕੁਲਰਲੀ ਇਹ ਹੈ ਕਿ ਭਾਵੇਂ ਪੇਰੈਂਟ ਹੋਏ, ਭਾਵੇਂ ਸਪਾਊਸ ਹੋਏ, ਦੂਰ ਰਹਿੰਦੇ ਦਾ ਨਹੀਂ, ਸ਼ੇਅਰ ਕਰਨਾ ਹੈ ਤੁਸੀਂ ਤਿੰਨ ਚੀਜ਼ਾਂ, ਕੋਈ ਇੱਕ ਬੰਦਾ ਪਹਿਲੇ ਚੂਜ਼ ਕਰਕੇ ਆਪਣੇ ਨਾਲ ਜਿਹੜੇ ਕਿ ਤੁਹਾਡੇ ਨਾਲ ਰਹਿੰਦੇ ਹੈ ਉਹਨਾਂ ਦੇ ਬਾਰੇ ਤਿੰਨ ਚੀਜ਼ਾਂ ਜਿਹੜੀਆਂ ਕੀ ਚੰਗੀਆਂ ਹੋਣ, ਤੁਹਾਨੂੰ ਉਹ ਚੰਗੀਆਂ ਲੱਗਦੀਆਂ ਨੇ, ਇੰਟਰਸਟਿੰਗ ਲੱਗਦੀਆਂ ਨੇ ਜਾਂ ਬਹੁਤ ਅੱਛੀਆਂ ਲੱਗਦੀਆਂ ਨੇ, ਕੁਛ ਵੀ, ਨਾਈਸ, ਇੰਟਰਸਟਿੰਗ, ਵੰਡਰਫੁਲ, ਮਤਲਬ ਪੋਜ਼ਿਟਿਵ। ਸੋ ਤਿੰਨ ਐਸੀਆਂ ਚੀਜ਼ਾਂ ਆਪਣੇ ਯੂ ਨੋ ਜਿਨ੍ਹਾਂ ਨਾਲ ਤੁਸੀਂ ਰਹਿ ਰਹੇ ਹੋ। ਐਂਡ ਇਹ ਵੀ ਰਿਮਾਈਂਡ ਜ਼ਰੂਰ ਕਰਾਵਾਂ ਕਿ ਬਾਏ ਚਾਂਸ ਤੁਸੀਂ ਇਕੱਲੇ ਰਹਿ ਰਹੇ ਹੋ, ਬੜੀ ਦੁਨੀਆ ਜਿਹੜੀ ਇਕੱਲੀ ਰਹਿ ਰਹੀ ਹੈ, ਸੋ ਉਹਦੇ ਵਿੱਚ ਤੁਸੀਂ ਆਪਣੇ ਆਪ ਨਾਲ ਰਹਿ ਰਹੇ ਹੋ। ਸੋ ਆਪਣੇ ਬਾਰੇ ਤਿੰਨ ਐਸੀਆਂ ਚੀਜ਼ਾਂ ਦੱਸਣੀਆਂ ਜਿਹਦੇ ਕਿ ਯੂ ਆਰ ਪ੍ਰਾਊਡ ਆਫ, ਯੂ ਵਾਂਟ ਟੂ ਸ਼ੇਅਰ ਐਂਡ ਦੇ ਆਰ ਪੋਜ਼ਿਟਿਵ। ਅਸੀਂ ਸਾਰੇ ਆਪਣੇ ਬਾਰੇ ਨੈਗੇਟਿਵ ਤਾਂ ਫਟਾਫਟ ਸੋਚ ਲੈਂਦੇ ਹਾਂ, ਸ਼ੇਅਰ ਕਰੀਏ ਨਾ ਕਰੀਏ ਉਹ ਇੱਕਦਮ ਬਿਸਾਈਡਸ ਦਾ ਪੁਆਇੰਟ ਹੈ, ਪਰ ਸੋਚ ਲੈਂਦੇ ਹਾਂ ਕਿ ਇਹ ਮੇਰੇ 'ਚ ਨਹੀਂ ਹੈ, ਉਹ ਮੇਰੇ 'ਚ ਨਹੀਂ ਹੈ। ਪਰ ਚੰਗੀਆਂ ਗੱਲਾਂ ਜੋ ਹੈ ਉਹ, ਅਗਰ ਤੁਸੀਂ ਇਕੱਲੇ ਰਹਿ ਰਹੇ ਹੋ ਤਾਂ ਆਪਣੇ ਬਾਰੇ ਤਿੰਨ ਚੀਜ਼ਾਂ, ਔਰ ਅਗਰ ਕਿਸੇ ਨਾਲ ਰਹਿ ਰਹੇ ਹੋ, ਪੰਜ ਬੰਦਿਆਂ ਨਾਲ ਰਹਿ ਰਹੇ ਹੋ, ਯੂ ਹੈਵ ਟੂ ਪਿੱਕ ਵਨ ਪਰਸਨ, ਇੱਕ ਬੰਦਾ ਚੂਜ਼ ਕਰਕੇ ਉਹਦੇ ਬਾਰੇ ਤਿੰਨ ਚੀਜ਼ਾਂ ਦੱਸਣੀਆਂ। ਇੱਕ ਕਾਲ ਵਿੱਚ ਇੰਨਾ ਹੀ, ਨੈਕਸਟ ਕਾਲ ਮਿਲਾਉਂਦੇ ਹੋ ਤਾਂ ਕਿਸੇ ਹੋਰ ਨੂੰ ਜਿਹਦੇ ਨਾਲ ਰਹਿ ਰਹੇ ਹੋ ਤੁਸੀਂ ਕਰ ਸਕਦੇ ਹੋ, ਠੀਕ ਹੈ, ਬਟ ਵਨ ਕਾਲ, ਵਨ ਪਰਸਨ ਯੂ ਪਿੱਕ, ਥਰੀ ਥਿੰਗਸ ਯੂ ਲਾਈਕ ਅਬਾਊਟ ਦੈਮ, ਯੂ ਪ੍ਰਾਊਡ ਆਫ ਦੈਮ, ਯੂ ਲਾਈਕ ਅਬਾਊਟ ਦੈਮ, ਐਂਡ ਦੇਰ ਸਮਥਿੰਗ ਨਾਈਸ ਅਬਾਊਟ ਇਟ। ਸੋ ਸ਼ੈਲ ਵੀ ਸਟਾਰਟ ਦ ਗੇਮ? ਆਈ ਹੋਪ ਕਿ ਤੁਸੀਂ ਤਿਆਰ ਹੋ, ਬਹੁਤ ਜ਼ਿਆਦਾ ਜ਼ਿਆਦਾ ਟਾਈਮ ਨਹੀਂ ਲਓਗੇ। ਇਸੇ ਪਿੱਛੇ ਕੱਲ੍ਹ ਦੱਸਿਆ ਸੀ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਾਲਸ ਲੈ ਸਕੀਏ, ਐਂਡ ਫਿਰ ਅਸੀਂ ਗੱਲ ਕਰਾਂਗੇ ਕਿ ਇਹਦਾ ਅਸਲੀ ਮਾਇਨਾ ਕੀ ਹੈ ਔਰ ਕਿਸ ਤਰ੍ਹਾਂ ਇਹ ਚੀਜ਼ ਅਸੀਂ ਕਿਉਂ ਚੂਜ਼ ਕੀਤੀ। ਸੋ ਲੈਟਸ ਸੀ ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿ ਰਹੇ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਥੈਂਕ ਯੂ ਸੋ ਮਚ, ਤੁਸੀਂ ਹਮੇਸ਼ਾ, ਮੇਰਾ ਫੇਵਰਿਟ ਸ਼ੋਅ ਹੋਣ ਲਈ, ਥੈਂਕ ਯੂ ਸੋ ਮਚ ਕਿ ਤੁਸੀਂ ਹਮੇਸ਼ਾ ਬਹੁਤ ਸਾਡੀ ਸਪੋਰਟ ਕਰਦੇ ਹੋ ਹਰ ਤਰ੍ਹਾਂ ਦੇ ਟੌਪਿਕ ਦੇ ਵਿੱਚ। ਤੇ ਦੱਸੋ ਅੱਜ ਕੀ ਕਹਿ ਰਹੇ ਹੋ। ਥੈਂਕ ਯੂ ਜੀ, ਮੈਂ ਅੱਜ ਆਪਣੇ ਡੈਡ ਬਾਰੇ ਦੱਸਾਂਗੀ। ਜੀ ਜੀ, ਤੇ ਸਭ ਤੋਂ ਪਹਿਲਾਂ ਡੈਡ ਹਮੇਸ਼ਾ ਟਾਈਮ ਤੇ ਹੁੰਦੇ ਆ। ਅੱਛਾ, ਹੀ ਇਜ਼ ਵੈਰੀ ਪੰਕਚੁਅਲ। ਬਹੁਤ ਸਾਲ ਜਦੀ ਮੈਂ ਛੋਟੀ ਹੋਈ, ਜਾਂ ਚਾਹੇ ਕੰਮ ਹੋਏ ਚਾਹੇ ਕੋਈ ਪਰਸਨਲ ਕੰਮ, ਤੇ 10-15 ਮਿੰਟ ਪਹਿਲਾਂ ਹੀ ਪਹੁੰਚ ਜਾਣਗੇ ਜਿੱਥੇ ਪਹੁੰਚਣਾ ਹੁੰਦਾ। ਓਕੇ, 1 ਤੇ ਨੰਬਰ 2, ਜਿਹੜਾ ਕੰਮ ਕਰਨ ਵਾਲਾ ਹੁੰਦਾ ਨਾ, ਹਾਂਜੀ, ਉਹ ਪ੍ਰੋਕ੍ਰੈਸਟੀਨੇਟ ਨਹੀਂ ਕਰਦੇ, ਜਦੇ ਹੀ ਕਰ ਦਿੰਦੇ, ਚਾਹੇ ਕੋਈ ਫੋਨ ਕਾਲ ਰਿਟਰਨ ਕਰਨੀ ਹੈ, ਈਮੇਲ ਰਿਟਰਨ ਕਰਨੀ ਹੈ, ਟੈਕਸਟ ਦਾ ਜਵਾਬ ਦੇਣਾ, ਤੇ ਉਹ ਕੰਮ ਚਾਹੇ ਕੋਈ ਬਿਜ਼ਨਸ ਦਾ ਵੀ, ਕੋਈ ਪਰਸਨਲ ਬਿਜ਼ਨਸ, ਡਾਕਟਰ ਬਣਾ ਹੈਗਾ, ਉਹ ਰਿਸਰਚ ਕਰਕੇ ਉਹ ਕੰਮ ਤੇ ਲੱਗੇ ਰਹਿਣਗੇ ਜਦ ਤੱਕ ਉਹ ਪੂਰਾ ਨਹੀਂ ਹੁੰਦਾ, ਜਦੇ ਹੀ ਕੰਮ ਕਰਦੇ ਆ। ਕੀ ਬਾਤ, ਬਹੁਤ ਵਧੀਆ। ਚੰਗਾ ਹੈਗਾ, ਸੋ ਹੱਸੀ ਮਜ਼ਾਕ ਕਰਨਾ ਘਰ ਦੇ ਵਿੱਚ,
ਚੋਇਸ ਹੈ, ਮੈਨੂੰ ਵੀ ਆਪ ਬਹੁਤ ਅੱਛਾ ਲੱਗਦਾ ਤੇ ਮੈਂ ਵੀ ਆਪਣੀ ਬੇਟੀ ਨਾਲ ਉਦਾਂ ਹੀ ਕਰਦੀ ਹਾਂ। ਬਹੁਤ ਵਧੀਆ, ਥੈਂਕ ਯੂ ਸੋ ਮਚ ਜਸਪ੍ਰੀਤ, ਵੈਰੀ ਗੁੱਡ ਸਟਾਰਟ। ਔਰ ਬਿਲਕੁਲ ਇਸੀ ਤਰ੍ਹਾਂ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਸੋਚ ਕੇ ਰੱਖੋ 1, 2, 3 ਐਂਡ ਬਿਊਟੀਫੁਲੀ, ਮਤਲਬ ਕਿੰਨੀ ਵਧੀਆ ਤਿੰਨ ਗੱਲਾਂ ਇਹਨਾਂ ਨੇ ਆਪਣੇ ਡੈਡ ਦੀਆਂ ਸ਼ੇਅਰ ਕੀਤੀਆਂ, ਐਂਡ ਸ਼ੀ ਲਿਵਸ ਵਿਦ ਹਰ ਡੈਡ, ਸੋ ਵੀ ਰੀਅਲੀ ਐਪਰੀਸ਼ੀਏਟ ਦਿਸ। ਮੈਂ ਹੋਰ ਪੁੱਛਦੀ ਹਾਂ ਕੀ ਕਹਿ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਬਰਿੰਦਰ ਆਹਲੂਵਾਲੀਆ। ਥੈਂਕ ਯੂ ਫੋਰ ਕਾਲਿੰਗ ਬਰਿੰਦਰ ਜੀ, ਦੱਸੋ। ਤਿੰਨ ਚੀਜ਼ਾਂ ਮੈਨੂੰ ਮੇਰੀ ਵਾਈਫ ਦੀਆਂ ਬਹੁਤ ਅੱਛੀਆਂ ਲੱਗਦੀਆਂ ਜੀ। ਸ਼ੀ ਆਲਵੇਸ ਰੀਡਸ ਮਾਈ ਮਾਈਂਡ। ਆ ਹਾਂਜੀ। ਦੂਜਾ, ਸ਼ੀ ਇਜ਼ ਆਲਵੇਸ ਦ ਫਸਟ ਟੂ ਮੇਕ ਅਪ ਆਫਟਰ ਅ ਫਾਈਟ। ਆ ਦੈਟਸ ਸੋ ਸਵੀਟ। ਫਿਰ ਤੁਸੀਂ ਕਿਉਂ ਨਹੀਂ ਕਰਦੇ? ਤੁਸੀਂ ਵੀ ਕਦੀ ਕਦੀ ਨੰਬਰ ਲੈ ਲਿਆ ਕਰੋ। ਮੈਂ ਆਦਮੀ ਜ਼ਾਤ ਆ ਜੀ, ਮੈਂ ਅੜ ਜਾਣਾ। ਅੱਛਾ ਜੀ, ਠੀਕ ਹੈ। ਤੀਜਾ ਜੀ, ਸ਼ੀ ਆਲਵੇਸ ਚੈਕਸ ਮੀ ਔਨ ਮਾਈ ਮਿਸਟੇਕਸ ਐਂਡ ਸ਼ੀ ਨੈਵਰ ਰਿਮਾਈਂਡਸ ਮੀ ਅਗੇਨ ਆਫ ਮਾਈ ਫੋਲੀਸ। ਇਹ ਬਹੁਤ ਅੱਛੀ ਚੀਜ਼ ਹੈ, ਜਿਹੜੀਆਂ ਔਰਤਾਂ ਬਾਰ ਬਾਰ ਰਿਮਾਈਂਡ ਕਰਾ ਦਿੰਦੀਆਂ ਉਹ ਨਹੀਂ ਕਰਾਉਂਦੀ ਉਹ ਕਦੀ ਵੀ। ਸੋ ਮਤਲਬ ਉਸ ਵੇਲੇ ਗਲਤੀ ਦੱਸਦੇ ਨੇ ਪਰ ਰਿਮਾਈਂਡ ਨਹੀਂ ਕਰਾਉਂਦੇ ਕਿ ਇੰਜ ਕਰਦੇ ਹੋ ਤੁਸੀਂ। ਹਾਂਜੀ, ਮੈਨੂੰ ਰੋਕ ਦਿੰਦੇ ਨੇ, ਮੈਂ ਕੋਈ ਗਲਤ ਕੰਮ ਕਰਨ ਲੱਗਾ ਜਾਂ ਹੋ ਜਾਏ ਉਹ ਇੱਕਦਮ ਰੋਕ ਦਿੰਦੇ ਨੇ, ਟੋਕ ਦਿੰਦੇ ਨੇ, ਭਾਵੇਂ ਮੈਂ ਸਭਾ 'ਚ ਬੈਠਾ ਹੋਵਾਂ, ਕੁਛ ਵੀ ਹੋਵਾਂ, ਉਹ ਮੈਨੂੰ ਗਲਤ ਕੰਮ ਕਰਨ ਨਹੀਂ ਦਿੰਦੇ। ਹਾਂ, ਬਟ ਨੈਗਿੰਗ ਨਹੀਂ ਹੈ, ਇਟਸ ਨਾਟ ਰੈਪੀਟੇਸ਼ਨ ਆਫ ਦ। ਹਾਂ, ਨੈਗਿੰਗ ਨਹੀਂ ਕਰਦੇ। ਪਰਫੈਕਟ, ਪਰਫੈਕਟ, ਥੈਂਕ ਯੂ ਸੋ ਮਚ, ਯੂ ਵੈਰੀ ਲੱਕੀ, ਥੈਂਕ ਯੂ ਸੋ ਮਚ ਫੋਰ ਸ਼ੇਅਰਿੰਗ ਬ੍ਰਿੰਦਾ ਜੀ। ਥੈਂਕ ਯੂ, ਰੀਅਲੀ ਐਪਰੀਸ਼ੀਏਟ, ਸੋ ਬਹੁਤ ਖੂਬਸੂਰਤ, ਐਂਡ ਆਈ ਹੋਪ ਕਿ ਤੁਹਾਡੇ ਜਿਹੜੇ ਜਿਨ੍ਹਾਂ ਬਾਰੇ ਤੁਸੀਂ ਅੱਜ ਸ਼ੇਅਰ ਕਰ ਰਹੇ ਹੋ ਉਹਨਾਂ ਨੂੰ ਵੀ ਮੌਕਾ ਮਿਲੇ ਸੁਣਨ ਦਾ, ਯੂ ਨੋ। ਅਤੇ ਹੋਰ ਵੀ ਅਗਰ ਤੁਹਾਡਾ ਕਾਲ ਕਰਨ 'ਤੇ ਦਿਲ ਕਰੇ ਤਾਂ ਉਸ ਬੰਦੇ ਨੂੰ ਵੀ ਪੁੱਛੋ ਕਿ ਉਹ ਤੁਹਾਡੇ ਬਾਰੇ ਤਿੰਨ ਚੀਜ਼ਾਂ ਕੀ ਦੱਸਦੇ ਨੇ, ਐਂਡ ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਹੋ, ਕਿਉਂਕਿ ਬਹੁਤ ਸਾਰੇ ਪਾਰਟਨਰਸ, ਪੇਰੈਂਟਸ ਹੈਗੇ ਹੈ ਜਿਹੜੇ ਇਸ ਸ਼ੋਅ ਨੂੰ ਦੇਖਦੇ ਨੇ, ਜਾਂ ਐਟਲੀਸਟ ਤੁਹਾਡੇ ਥਰੂ ਉਹਨਾਂ ਨੂੰ ਇਸ ਸ਼ੋਅ ਦੇ ਬਾਰੇ ਕਾਫੀ ਗੱਲਾਂ ਪਤਾ ਹੈ ਪਰ ਕਾਲ ਨਹੀਂ ਕਰਦੇ। ਸੋ ਉਹਨਾਂ ਦੇ ਬਿਹਾਫ 'ਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਸੋ ਜ਼ਰੂਰ ਇਸੀ ਤਰ੍ਹਾਂ ਜਿਸ ਨਾਲ ਪਹਿਲੇ ਦੋ ਕਾਲਰਸ ਵਾਕਣ, ਤੁਸੀਂ ਆਪਣੀ ਹੋਮਵਰਕ ਕਰਕੇ ਰੱਖੋ, ਲਿਖ ਕੇ ਰੱਖੋ, ਐਂਡ ਬਿਊਟੀਫੁਲੀ ਪਹਿਲੇ ਦੋ ਯੂ ਨੋ ਕਾਲਰਸ ਨੇ ਜਿਵੇਂ ਬਰਿੰਦਰ ਜੀ ਨੇ, ਜਸਪ੍ਰੀਤ ਨੇ ਸ਼ੇਅਰ ਕੀਤਾ ਹੈ ਬੜੀ ਪ੍ਰਿਸਾਈਜ਼ਲੀ ਐਂਡ ਯੂ ਨੋ ਇਨ ਐਨ ਐਂਟਰਟੇਨਿੰਗ ਵੇ ਦੈਟ ਐਕਸਪਲੇਨ ਕੀਤਾ ਹੈ। ਸੋ ਤੁਸੀਂ ਵੀ ਜ਼ਰੂਰ ਤਿਆਰ ਰੱਖੋ, ਇੰਝ ਕਰਦੀ ਹਾਂ ਛੋਟੀ ਜਿਹੀ ਲੈਂਦੀ ਹਾਂ ਬ੍ਰੇਕ, ਤੁਸੀਂ ਸਾਰੇ ਕਿਤੇ ਨਾ ਜਾਇਓ।